ਚੱਲ ਵੀ ਵਰਮਾ ਫੇਰ ਕਰ ਲਿਆ ਤਿਆਰ ਤੇ 9:15 ਦਾ ਸਮਾਂ ਤੇ ਖੇਤ ਨੂੰ ਚੱਲ ਪਏ ਯਾਰ। ਮਤਲਬ ਗੱਗੂ ਤੇ ਆਪਣਾ ਮਨਪ੍ਰੀਤ ਇਹ ਹੁਣ ਜਾ ਰਹੇ ਨੇਗੇ ਤੇ ਮੈਂ ਹੁਣੇ ਜਿਮ ਦੀ ਡਿਊਟੀ ਤੋਂ ਆ ਕੇ ਰੋਟੀ ਖਾਧੀ ਆ 9:15 ਦਾ ਸਮਾਂ ਤੇ ਹਾਂ ਗੁੜੇ ਤੂੰ ਬਲੌਗ ਜਾ ਗਈ ਕਈ ਦਿਨਾਂ ਬਾਅਦ ਅੱਜ ਤੇ ਫਿਲਹਾਲ ਮੈਨੂੰ ਛੁੱਟੀ ਮਿਲ ਗਈ ਆ। ਮਤਲਬ ਰਾਤ ਨੂੰ 2:00 ਦਾ ਅਲਾਰਮ ਲਾ ਲਿਆ ਮੈਂ ਪਾਣੀ ਦੀ ਵਾਰੀ 3:00 ਤੇ ਹੁਣ ਮੋਟਰ ਛੱਡਣੀ ਇਹਨਾਂ ਨੇ ਜਾ ਕੇ ਤੇ 9:00 ਲਾਈਟ ਆ ਜੂਗੀ ਤੇ ਜਮਾਰ ਬੀਜੀ ਆ ਜਿਹੜੀ ਤੇ ਉਹਦੇ 'ਚ ਛੱਡਦੇ ਆ ਪਾਣੀ ਜਾ ਕੇ ਤੇ ਆਪਾਂ ਹੁਣ ਸੌਂਦੇ ਹਾਂ ਤੇ ਫਿਰ ਖੇਤ ਮਿਲਦੇ ਹਾਂ ਬਰਮੇ ਵਾਲੇ ਸੀਨ ਵੇਲੇ ਪਾਣੀ ਵੱਢਣ ਨੂੰ ਜਾ ਕੇ। ਸਮਾਂ ਇਸ ਵਕਤ ਰਾਤ ਦੇ 2:30 ਦਾ ਹੋਇਆ ਅਤੇ ਖੇਤ ਚੱਲਿਆ ਸੀ ਆਪਣੇ ਮੁੰਡਿਆਂ ਵਾਸਤੇ ਚਾਹ ਲੈ ਕੇ ਅਤੇ ਰਾਤ ਦੇ ਗਏ ਹੋਏ ਨੇ ਆਪਣਾ ਮਨਪ੍ਰੀਤ ਅਤੇ ਗੱਗੂ ਅਤੇ ਪਾਣੀ ਦੀ ਵਾਰੀ ਆ ਹੁਣ 3:00 ਅਤੇ ਕਣੀਆਂ ਲੈ ਪੀਆਂ ਅਤੇ ਹਾਲੇ ਤੱਕ ਤਾਂ ਇੰਨੀ ਹੈ ਕਿ ਨੇ ਜਾਂਦੇ ਹੋਏ ਸਿਸਟਮ ਨਾ ਬਦਲ ਜੇ। ਤੁਸੀਂ ਜਾਗਦੇ ਬੈਠੇ ਹੋ ਤੁਸੀਂ ਤੋਂ ਹੈਲੋ ਕਿੰਨਾ ਕੁ ਲੱਗ ਗਿਆ ਹੈਂ 2 ਕਿੱਲੇ ਹੋਰ ਹੈਂ ਤੁਸੀਂ ਤਕੜੇ ਹੋ ਯਾਰ ਤਿੰਨ ਵੱਜ ਗਏ 7 ਮਿੰਟ ਦਾ ਨਹੀਂ ਬੈਠਣਾ ਕਿ 5 ਤੇ ਆ 5 ਤੇ ਉਹ ਬੋਲੇ ਬੱਲੇ ਬੱਲੇ ਬੋਲੇ 1 2 3 ਸੀਰਿਆ ਓਏ ਪਾਣੀ ਲੱਗ ਗਿਆ ਤੇਰੇ ਪਾਣੀ ਲੱਗ ਗਿਆ ਵਾ ਠੀਕ ਹੈ 3:02 ਹੋ ਗਏ ਰੇਸ ਕਰਦੇ ਮਾੜੀ ਜੀ ਤੇ ਪੰਜ ਪਾਣੀ ਥੋੜ੍ਹਾ ਜਿਹਾ ਘੱਟ ਆ ਬਈ ਇੱਕ ਤਾਂ ਪੱਕਾ ਖਾਲਸ ਮਾਰਨ ਵਾਲਾ ਹੋ ਰਿਹਾ ਹੈਗਾ ਅਤੇ ਦੂਜਾ ਵੀਰ ਨਹਿਰ ਵੀ ਉੱਤਰੂ ਚੜੂ ਕਰੀ ਜਾਂਦੀ ਸੀ ਅਤੇ ਨਾਲ ਨਾਲ ਉੱਧਰ ਮੋਟਰ ਵੀ ਚੱਲੀ ਜਾਂਦੀ ਹੈ ਰਾਤ ਦੀ ਅਤੇ ਆਪਣਾ ਮਨਪ੍ਰੀਤ ਅਤੇ ਗੱਗੂ ਆਏ ਹੋਏ ਸੀਗੇ ਅਤੇ ਇੱਧਰ ਇੱਥੇ ਲਾਉਂਦੇ ਸੀਗੇ ਪਾਣੀ ਜਿਹੜੀ ਜਵਾਰ ਬੀਜੀ ਸੀ ਆਪਾਂ ਪਰਸੋਂ ਰਾਤ ਨੂੰ ਅਤੇ 2 ਕਿੱਲੇ ਲਾ ਕੇ ਇਹਨਾਂ ਨੇ ਪਰੇ ਖਾਲੀ ਵਾਹਣ 'ਚ ਛੱਡਤਾ ਸੀ ਮੋਟਰ ਦਾ ਪਾਣੀ ਦਾ ਅਤੇ ਬਰਮੇ ਹੁਣੇ ਚਲਾ ਲਏ ਦੇ ਸਮਾਂ ਹੋਇਆ 3:25 ਦਾ ਅਤੇ ਵੀਰ ਆਪਣਾ ਕਰੋਸ ਵਾਲਾ ਵਰਮਾ ਪਹਿਲਾਂ ਵੀ ਕਈ ਬੰਦੇ ਕਹਿੰਦੇ ਬਾਈ ਥੋੜ੍ਹਾ ਜਿਹਾ ਡਿਟੇਲ 'ਚ ਦਿਖਾ ਦੇ ਅਤੇ ਟਰੈਕਟਰ ਮਗਰ ਪਾ ਕੇ ਚੱਲ ਜਾਂਦਾ ਲਿੰਕਾਂ 'ਤੇ ਡੰਡਾ ਉਵੇਂ ਪਾਇਆ ਰਹਿੰਦਾ ਕੱਢਣ ਦੀ ਲੋੜ ਨਹੀਂ ਇਹਨੂੰ ਆ ਕੇ ਬਸ ਪਾਣੀ 'ਚ ਰੱਖ ਦਿਉ ਅਤੇ ਕੰਮ ਸਾਰਾ ਸੈੱਟ ਆ ਕਰੋਸ ਪਾ ਦਿਉ ਅਤੇ ਓਕੇ ਮਾਹੌਲ ਹੈਗਾ ਅਤੇ ਨਾ ਪਟਾ ਲਵੇ ਨਾ ਹੈ ਨਾ ਖਹਿ ਕਣੀਆਂ ਆਈ ਜਾਵੇ ਮੀਂਹ ਆਵੇ ਹਨੇਰੀ ਆਵੇ ਅਤੇ ਵਧੀਆ ਸੈੱਟ ਚੱਲੀ ਜਾਂਦਾ ਅਤੇ ਪਾਣੀ ਜਦੋਂ ਜਿੰਨਾ ਮਰਜ਼ੀ ਜਗਾਓ ਪਾਣੀ ਖੁੱਲ੍ਹਾ ਚਾਹੀਦਾ ਬਸ ਮਾੜੀ ਜਿਹੀ ਰੇਸ 'ਤੇ ਮੁੱਕੀ ਮਾਰਨੀ ਪੈਂਦੀ ਹੈਗੀ ਅਤੇ ਬਾਕੀ ਮਾਹੌਲ ਸੈੱਟ ਹੈਗਾ ਅਤੇ 2 ਕਹਿਰਾਂ 'ਚ ਪਾਣੀ ਆਪਾਂ ਛੱਡ ਲਿਆ ਬਾਈ ਇੱਕ ਇਹਦੇ 'ਚ ਅਤੇ ਇੱਕ ਉੱਧਰ ਪਈ ਜਾਂਦਾ ਅਤੇ 1 ਕਹਿਰੇ 'ਚ ਜੇ ਆਪਾਂ ਛੱਡਦੇ ਹਾਂ ਖਾਰ ਜੀ ਬਾਹਲੀ ਪੈਂਦੀ ਆ ਅਤੇ ਫਿਰ ਇੱਥੋਂ ਬੀ ਹੋਰੇ ਤਾਰ ਕੇ ਲੈ ਜਾਂਦਾ ਪਾਣੀ ਅਤੇ ਬਾਕੀ ਸੂਤਾ ਮਾਹੌਲ ਪਾਣੀ ਤਾਂ ਖਾਲੀਆਂ 'ਚ ਭੱਜੇ ਜਾਂਦਾ ਅਤੇ ਸਮਾਂ ਹੋ ਗਿਆ 4:00 ਦਾ
ਤੇ ਚਾਰ ਚਪੇਰੇ ਪਿੰਡਾਂ 'ਚ ਭਾਈ ਬਾਬੇ ਬੋਲੀ ਜਾਂਦੇ ਆ ਅਤੇ ਲੱਗੀਆਂ ਹੋਈਆਂ ਰੌਣਕਾਂ ਟੈਂ 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 ਟਿਰੜ ਟੁਰੜ ਹਾਂ ਵੀ ਬੇਲਗਾ ਕੀ ਹਾਲ ਆ ਆ ਜਾ ਆ ਜਾ ਬਾਹਰ ਆ ਜਾ ਸੰਗਦਾ ਗਾ ਤੂੰ ਆ ਜਾ ਗੁਰੂ ਹੈਲੋ 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 ਓਏ ਆ ਜਾ ਆ ਜਾ ਆ ਜਾ ਬਾਹਰ ਨਿਕਲਿਆ ਬਾਹਰ ਨਿਕਲਿਆ ਓਹੋ ਓਏ ਆ ਜਾ ਭਾਈ ਖੇਡਾਂਗੇ ਦੋਨੇ ਜਣੇ ਆ ਜਾ ਆ ਜਾ ਬਾਹਰ ਆ ਜਾ ਨਿਕਲਿਆ 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 ਸ਼ਾਬਾਸ਼ ਸ਼ਾਬਾਸ਼ ਸੰਗਦੇ ਨਹੀਂ ਹੁੰਦੇ ਆ ਜਾ ਇੱਧਰ ਨੂੰ ਮੇਰੇ ਵਾਲੇ ਪਾਸੇ ਯਾਰ ਉਰੇ ਉਰੇ ਕੈਮਰੇ ਕੋਲ ਫੋਟੋ ਕਰਾਂ ਤੇਰੀ ਇੱਥੇ ਓਏ ਖੇਡ ਲਾ ਗੁਰੂ ਖੇਡ ਲਾ ਤੂੰ ਮੇਰਾ ਨੁਕਸਾਨ ਨਾ ਕਰੀ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਵਾਅਦਾ ਰਿਹਾ ਤੇਰੇ ਨਾਲ ਅਤੇ ਪਤੰਦਰ ਪਹੀ ਦੇ ਵਿਚਾਲੇ ਖੱਡ ਪੱਟੀ ਬੈਠਾ ਗਾ ਕਦੋਂ ਦਾ ਦੇਖ ਦੇਖ ਝਾਤੀਆਂ ਮਰੀ ਜਾਂਦਾ ਸੀ ਅਤੇ ਮੈਂ ਵੀ ਸ਼ੇਰ ਵਾਂਗੂ ਘਾਤ ਲਾ ਕੇ ਬਹਿ ਗਿਆ ਫਿਰ ਵਾਹਿਗੁਰੂ ਅਤੇ ਚੜ੍ਹਿਆ ਭਾਈ ਸੂਰਜ ਸਾਹਿਬ ਨੇ ਸਮਾਂ ਹੋਇਆ ਸਵੇਰੇ ਦੇ 6:15 ਦਾ ਅਤੇ ਆਪਾਂ ਖੇਤ 'ਚ ਪਾਣੀ ਛੱਡ ਰੱਖਿਆ ਅਤੇ ਪਾਣੀ ਦੀ ਵਾਰੀ ਆਪਣੀ ਚੱਲੀ ਜਾਂਦੀ ਹੈ ਅਤੇ ਮਨਪ੍ਰੀਤ ਅਤੇ ਗੱਗੂ ਫਿਰ ਸੌਂ ਗਏ ਸੀ ਜਦੋਂ ਮੈਂ ਪਾਣੀ ਵੱਢ ਲਿਆ ਸੀਗਾ ਅਤੇ ਉਹ ਰਾਤ ਦੇ ਖੇਤ ਸੀਗੇ ਅਤੇ ਗੁੱਡ ਮੋਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 17 ਵਿਸਾਖ 30 ਅਪ੍ਰੈਲ ਸਾਲ 2023 ਅਤੇ ਐਤਵਾਰ ਦਾ ਦਿਨ ਅਤੇ ਸਮਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਸੂਰਜ ਸਾਹਿਬ ਦੇ ਚੜ੍ਹਦੇ ਸਾਰ ਆਪਾਂ ਆਪਣੀ ਗੁੱਡ ਮੋਰਨਿੰਗ ਕਰ ਲਈ ਆ ਅਤੇ ਫਿਲਹਾਲ ਇੱਧਰ 2 ਕੇਰੇ ਰਹਿੰਦੇ ਆ ਮਤਲਬ 1 ਕਿੱਲਾ ਰਹਿ ਗਿਆ 3 ਕਿੱਲੇ ਲਾ ਲਿਆ 2 ਕਿੱਲੇ ਰਾਤ ਉਹਨਾਂ ਨੇ ਮੋਟਰ ਨਾਲ ਲਾਤੇ ਸੀਗੇ ਅਤੇ ਆ 2 ਕਿੱਲੇ ਹੁਣ ਨਹਿਰ ਦੀ ਬਾਰੀ ਨਾਲ ਲੱਗ ਗਿਆ 1 ਕਿੱਲਾ ਮਤਲਬ ਨਹਿਰ ਦੀ ਬਾਰੀ ਨਾਲ ਲੱਗ ਗਿਆ 4 ਕਿੱਲੇ ਆਪਾਂ ਪਰਸੋਂ ਵਾਲੀ ਰਾਤ ਬੀਜ ਕੇ ਗਏ ਸੀ ਜਮਾ ਰਹੇ ਅਚਾਰ ਵਾਲੀ ਅਡਵਾਂਟਾ ਦੀ ਬਰਕਾਈ ਸਰਗੋ ਆ ਗਿਆ ਨਾਂ ਯਾਦ ਹੋ ਗਿਆ ਮੈਨੂੰ ਅਤੇ ਨਾਂ ਭੁੱਲ ਜਾਂਦਾ ਉਹਦਾ ਮੈਂ ਕਸੂਤਾ ਜਿਹਾ ਨਾਂ ਰੱਖ ਦਿਆ ਕੱਲ੍ਹ ਵਾਲੇ ਵਲੋਗ 'ਚ ਵੀ ਮੈਂ ਗੱਲ ਕਰੀ ਸੀ ਕੋਈ ਭੋਲਾ ਛੋਲਾ ਨਿੱਕਾ ਚਿੱਕਾ ਕੋਈ ਇਹੋ ਜਿਹਾ ਨਾਂ ਰੱਖ ਦਿਆ ਕਰਨ ਕੋਈ ਜਿਹੜਾ ਇੱਕ ਵਾਰੀ ਦੇਖ ਕੇ ਬਈ ਕਿਸਾਨ ਭਾਈ ਭੁੱਲੇ ਹੀ ਨਾ ਕਰੇ ਦੇਸੀ ਨਾਂ ਰੱਖਿਆ ਕਰਨ ਪਰ ਦੇਸੀ ਨਾਂ ਰੱਖ ਦਿਆ ਗਏ ਇਹੋ ਜਿਹਾ ਕੋਈ ਯਾਦ ਨਹੀਂ ਰਹਿੰਦਾ ਫਿਰ ਅਤੇ ਬਾਕੀ ਇਹਨੂੰ ਲਾ ਕੇ ਪਾਣੀ 'ਤੇ ਦੇਖਦੇ ਹਾਂ ਆਪਾਂ ਅੱਜ ਦਾ ਦਿਨ ਦਾ ਪ੍ਰੋਗਰਾਮ ਇਹਦੇ 'ਤੇ ਕੋਈ ਪੈਂਡੀ ਸ਼ੈਂਡੀ ਕੱਖਾਂ ਦੀ ਰੋਕਥਾਮ ਵਾਸਤੇ ਕਰਦੇ ਹਾਂ ਅਤੇ ਇੱਕ ਮਿੱਤਰ ਪਿਆਰ ਦੇ ਛੱਤ ਪੈਣੀ ਆ ਮੁਰਗੀ ਫਾਰਮ ਦੀ ਅਤੇ ਉਹ ਵੀ ਰਾਤ ਫੋਨ ਕਰੀ ਜਾਂਦਾ ਸੀ ਕਹਿੰਦਾ ਸੀ ਲਾਜ਼ਮੀ ਆਉਣਾਗਾ ਅਤੇ ਦੇਖਦੇ ਹਾਂ ਅੱਜ ਦਾ ਦਿਨ ਆਪਣਾ ਕਿਹੋ ਜਿਹਾ ਰਹਿੰਦਾ ਅਤੇ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਲਾਈਕ ਪਹਿਲੀਆਂ 'ਚ ਕਰਦੇ ਹੋ ਬਲੌਗ ਤੁਹਾਨੂੰ ਵਾਕਈ ਬਹੁਤ ਘੈਂਟ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ 'ਚ ਦਿੰਦੇ ਹਾਂਗੇ ਨਵੇਂ ਆਏ ਉਹ ਚੈਨਲ 'ਤੇ ਸਬਸਕ੍ਰਾਈਬ ਕਰ ਲਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਅਤੇ ਸਾਫ ਸੁਥਰੀ ਭਾਸ਼ਾ 'ਚ ਤੁਹਾਨੂੰ ਬਲੌਗ ਦੇਖਣ ਨੂੰ ਮਿਲਣਗੇ ਅਤੇ ਇੱਕ ਗੱਲ ਹੋਰ ਭਾਈ ਅਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਭਾਈ ਪਹਿਲ ਦਿਆ ਕਰੋ ਸਾਰੇ ਅਤੇ ਮੈਂ ਹਮੇਸ਼ਾ ਟਾਈਟਲ ਥੰਬਨੇਲ ਪੰਜਾਬੀ 'ਚ ਰੱਖਦਾ ਉਹਨਾਂ ਦਾ ਅਤੇ ਪੰਜਾਬੀ ਭਾਸ਼ਾ ਆਪਣਾ ਪਿੰਡਾਂ ਵਾਲਾ ਦੇਸੀ ਪ੍ਰੋਗਰਾਮ ਦੇਸੀ ਮਾਹੌਲ ਚੱਲ ਦੇਸੀ ਭਾਸ਼ਾ 'ਚ ਬੋਲਣ ਦੀ ਕੋਸ਼ਿਸ਼ ਕਰਦਾ ਉਹਨਾਂ ਫਿਰ ਵੀ ਕਈ ਸ਼ਬਦ ਆਪਣੇ ਅੰਗਰੇਜ਼ੀ 'ਚੋਂ ਨਿਕਲ ਆਉਂਦੇ ਆ ਮੂੰਹੋਂ ਅਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਬਈ ਕਮੈਂਟ ਸਾਰੇ ਪੰਜਾਬੀ 'ਚ ਲਿਖ ਕੇ ਕਰਿਆ ਕਰੋ ਅਤੇ ਪਹਿਲੀ ਵਾਰੀ ਜੇ ਲਿਖੋਗੇ ਥੋੜ੍ਹਾ ਜਿਹਾ ਹੱਥ ਥੋੜ੍ਹੇ ਦਿਨ ਔਖਾ ਚੱਲੂਗਾ ਉਸ ਤੋਂ ਬਾਅਦ ਜਿਵੇਂ ਆਪਾਂ ਆਮ ਚੈਟ ਕਰਦੇ ਹਾਂ ਆਮ ਲੈਂਗੁਏਜ ਲਿਖਦੇ ਹਾਂ ਅੰਗਰੇਜ਼ੀ 'ਚ ਪੰਜਾਬੀ ਲਿਖਦੇ ਹਾਂ ਅਤੇ ਉਸੇ ਤਰ੍ਹਾਂ ਆਪਣਾ ਹੱਥ ਅੱਖਾਂ ਵਿੱਚ ਕੇ ਚੱਲਣ ਲੱਗ ਜਾਂਦਾ ਟਾਈਪਿੰਗ ਉਹ ਕੰਮ ਸੂਤ ਹੋ ਜਾਂਦਾ ਕੋਸ਼ਿਸ਼ ਕਰਿਆ ਕਰੋ ਪੰਜਾਬੀ ਲਿਖਣ ਦੀ ਅਤੇ ਬਾਕੀ ਸੂਤ ਆ ਬਾਕੀ ਭਾਸ਼ਾਵਾਂ ਵੀ ਸਿੱਖੋ ਅਤੇ ਲੋਟ ਆ ਮਾਹੌਲ ਅਤੇ ਦੇਖਦੇ ਹਾਂ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਗਾ ਅਤੇ ਪੂਰੀ ਦਿਨ ਚਾਰਿਆ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਸਾਰੇ ਦਿਨ ਦਾ ਕੰਮ ਕਾਰ ਕਿਹੋ ਜਿਹਾ ਹੁੰਦਾ ਆਪਣਾ ਅਤੇ ਤੁਸੀਂ ਵੀ ਦਿਓ ਹੁੰਗਾਰਾ ਸਪੋਰਟ ਬਣਾਈ ਰੱਖਿਓ ਅਤੇ ਧੰਨਵਾਦ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਆ ਨਵੇਂ ਆਏ ਹੋ ਜਿਹੜੇ ਜੁੜ ਜਾਓ ਚੈਨਲ ਪਹਿਲੀਆਂ ਹੀ ਸਬਸਕ੍ਰਾਈਬ ਕਰ ਲਓ ਅਤੇ ਦੇਖਦੇ ਹਾਂ ਫਿਰ ਇੱਧਰ ਚਾਚੇ ਕੀ ਬੀਜੀ ਹੋਈ ਮੱਕੀ ਅਤੇ ਉੱਗ ਰਿਹਾ ਜੀ ਸੁੱਖ ਨਾਲ ਸੋਹਣੀ ਅਤੇ ਇਹਦੇ ਜਿਹੜਾ ਆਟੋਮੈਟਿਕ ਪਲਾਂਟਰ ਹੁੰਦਾ ਇਹਦਾ ਇੱਕ ਬਹੁਤ ਘੈਂਟ ਨਜ਼ਾਰਾ ਜਿੰਨਾ ਬੀਜਿਆ ਗਾ ਸਾਰਾ ਇੱਕੋ ਟਾਈਮ ਇੱਕੋ ਦਿਨ ਉੱਗਰਦਾ ਗਾ
ਤੇ ਬੀ ਇੱਕੋ ਲੈਵਲ ਤੇ ਸਿੱਟਦਾ ਇਹ ਉੱਤੇ ਥੱਲੇ ਨਹੀਂ ਹੁੰਦਾ ਕਿ ਜਿਵੇਂ ਆਪਣੀ ਆਮ ਮਸ਼ੀਨਾਂ ਕੋਈ ਅਣੀ ਜੀ ਸਿੱਟ ਜਾਂਦੀ ਆ ਕਈ ਵਾਰੀ ਬੀ ਉੱਤੇ ਥੱਲੇ ਰਹਿ ਜਾਂਦਾ ਕੋਈ ਇਹੋ ਜਿਹੀ ਗੱਲਬਾਤ ਹੋ ਜਾਂਦੀ ਆ ਅਤੇ ਪੂਰਾ ਸੋਹਣਾ ਮਾਹੌਲ ਲੱਗ ਰਿਹਾ ਹੈਗਾ ਸਵੇਰੇ ਸਵੇਰੇ ਅਤੇ ਫੋਟੋ ਕਰਨ ਬੈਠਾ ਸੀ ਇੱਕ ਦੋ ਸਨੈਪਚੈਟਾਂ ਪਾ ਲਈਆਂ ਅਤੇ ਉਸ ਦੀਆਂ ਬੂੰਦਾਂ ਸੋਹਣੀਆਂ ਲੱਗਦੀਆਂ ਹੁੰਦੀਆਂ ਉੱਤੇ ਧੁੱਪ ਕੇ ਜੇ ਅਤੇ ਖੈਰ ਫਿਲਹਾਲ ਮੈਨੂੰ ਘਰ ਜਾਣਾ ਪਊ ਬੰਬੂ ਘਾਟ ਚਾਹੀਦਾ ਹੈਗਾ ਅਤੇ ਡੇਅਰੀ 'ਤੇ ਦੁੱਧ ਦੁੱਧ ਪਾਉਣਾ ਗਾ ਅਤੇ ਆਪਣੇ ਮੁੰਡੇ ਸੁੱਤੇ ਪਏ ਉਹਨਾਂ ਨੂੰ ਉਠਾ ਕੇ ਅਤੇ ਫਿਰ ਵੱਧਦੇ ਹਾਂ ਅੱਗੇ ਅਤੇ ਆਹ ਰਾਤ ਲਾਇਆ ਸੀ ਜਿਹੜਾ ਪਾਣੀ ਉਹ ਖਾ ਲਈਆਂ ਅਤੇ ਵਧੀਆ ਸਿੱਲ ਚੜ੍ਹ ਗਈ ਆ। ਹੈਲੋ 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 ਘਰ ਜਾਣਾ ਸੀ ਪਾਪਾ ਕਹਿੰਦਾ ਦੁੱਧ ਪਾ ਕੇ ਆਉਣਾ ਜਾਏਗਾ ਕਿ ਮੈਂ ਜਾਵਾਂ ਟੈਂ ਟੈਂ ਚੱਕੇ ਕੰਨ ਚੋਬਰ ਨੇ ਜਦੋਂ ਮੈਂ ਝੋਲੇ ਚੱਕੇ ਅਤੇ ਰੋਟੀ ਲੈ ਕੇ ਨਹੀਂ ਆਉਂਦਾ ਮੈਂ ਹੁਣ ਉਹ ਕਰਦੇ ਹਾਂ 8 ਵਜੇ ਤਾਂ ਪਾਣੀ ਵੱਢਿਆ ਜਾਊਗਾ ਤੁਸੀਂ ਘਰ ਆ ਜਾਓ ਕਿਹੜਾ ਪਿਛਲੇ ਬਾਹਰ ਪੈਂਡੀ ਕਰ ਦਿਆਂਗੇ ਅਤੇ ਸੌਣਾ ਸੌਣ ਲਾ ਘੰਟਾ ਕੋਈ ਨਾ ਅਤੇ 7:15 ਦਾ ਸਮਾਂ ਹੋ ਗਿਆ ਭਾਈ ਅਤੇ ਬੋ ਆਪਣੇ ਚੱਲੀ ਜਾਂਦੇ ਹੈਗੇ ਆਸ਼ਾ ਸਿੰਘ ਹੋਣੇ ਅਤੇ ਬੰਬੂ ਕਾਟ ਹੋਣੇ ਆਪਾਂ ਨੂੰ ਉਡੀਕੀ ਜਾਂਦੇ ਆ ਥੋੜ੍ਹਾ ਜਿਹਾ ਲੇਟ ਹੋ ਗਿਆ ਮੈਂ ਅਤੇ ਹੁਣ ਭੱਜ ਕੇ ਚੱਲਦੇ ਹਾਂ ਦਵਾ ਦਵ ਘਰਾਂ ਨੂੰ। ਚੱਲ ਬਾਈ ਸੱਜਣਾ ਅਤੇ ਸਮਾਂ ਹੋ ਗਿਆ ਭਾਈ 4:15 ਦਾ ਅਤੇ ਖੇਤ ਵਾਪਸ ਚੱਲਿਆ ਹੁਣ ਪੈਂਡੀ ਕਰਨ ਵਾਸਤੇ ਕੱਖਾਂ ਦੀ ਰੋਕਥਾਮ ਵਾਸਤੇ ਅਤੇ ਦਿਨ 'ਚ 10 ਆ ਕੇ ਭਾਈ ਸੌਂ ਗਏ ਤੜਕੇ ਖੇਤੋਂ ਆ ਕੇ ਬਿਨਾਂ ਰੋਟੀ ਖਾਧੇ ਅਤੇ ਮੈਂ ਕਿਹਾ ਚੱਲ ਉੱਠ ਕਰਾਂਗੇ ਘੰਟੇ 2 ਘੰਟੇ ਨੂੰ ਰੋਟੀ ਖਾ ਕੇ ਅਤੇ ਮੈਂ ਕਿਹਾ ਉਹਨਾਂ ਦੀ ਮੁਰਗੀ ਫਾਰਮ ਦੀ ਛੱਤ ਪਵਾ ਆਵਾਂਗੇ ਅਤੇ ਫੋਨ ਮੈਂ ਲਾਤਾ ਚਾਰਜ ਬੰਦ ਕਰਕੇ ਅਤੇ 3:00 ਵਾਲੇ ਸੀ 3:00 'ਚ 5-7 ਮਿੰਟ ਰਹੇ ਸੀ ਮਾਤਾ ਨੇ ਬੋਲ ਮਾਰਿਆ ਮੈਂ ਕਿਹਾ ਇੰਨਾ ਟਾਈਮ ਹੋ ਗਿਆ ਅਤੇ ਬਿਨਾਂ ਰੋਟੀ ਖਾਧੇ ਉਵੇਂ ਸੁੱਤਾ ਰਿਹਾ ਅਤੇ ਕੋਈ ਅਲਾਰਮ ਨਹੀਂ ਲਾਇਆ ਸੀ ਕੁਛ ਨਹੀਂ ਸੀ ਤਾਂ ਕਰਕੇ ਨੀਂਦ ਆਈ ਰਹੀ 2 ਰਾਤਾਂ ਦਾ 1 ਵਾਧਾ ਆਇਆ ਸੀਗਾ ਅਤੇ ਫਿਰ ਉਹਨਾਂ ਨੂੰ ਫੋਨ ਕਰਕੇ ਲਾਂਭਾ ਲੈ ਕੇ ਆਇਆ ਭਾਈ ਮੈਂ ਤੁਹਾਨੂੰ ਯਾਦ ਨਹੀਂ ਹੋਇਆ ਕਿਸੇ ਦਿਨ ਸਪੈਸ਼ਲ ਆਊਂਗਾ ਅਤੇ ਫਿਲਹਾਲ ਚੱਲਦੇ ਹਾਂ ਖੇਤ ਅਤੇ ਅਗਲਾ ਕਰਿਆ ਕਰਮਾ ਫਿਰ ਦਿਖਾਉਂਦੇ ਹਾਂ ਤੁਹਾਨੂੰ। ਭਾਈ ਆਪਣੀ ਮੂੰਗੀ ਇਹ ਵੀ ਖੁਸ਼ ਹੋਈ ਖੜੀ ਆ ਪੂਰੀ ਠੰਡ 'ਚ ਅਤੇ ਪਹਿਲਾਂ ਇਹਦੇ ਕਰਦੇ ਹਾਂ ਆਪਣੀ ਕੋਰਾ ਜਿੰਦ ਦਾ ਛਿੜਕਾਅ ਅਤੇ ਕਰਤਾ ਕੰਮ ਸ਼ੁਰੂ ਲੈ ਕੇ ਰੱਬ ਦਾ ਨਾਂ ਚੱਲ ਵੀ ਛੋਟੇ ਆਪਣੇ ਕਰੀ ਜਾਂਦੇ ਭਾਈ ਢੋਲ ਦੀ ਸੈਟਿੰਗ ਥੱਲੇ ਇੱਟਾਂ ਲਾ ਲੈਂਦੇ ਉਹਨੇ ਕਿਦਾਂ ਕਿ ਲਿਫਟ 'ਤੇ ਵਾਲਾ ਲੋਡ ਨਹੀਂ ਆਉਂਦਾ ਜਿੰਨਾ ਚਿਰ ਛਿੜਕਾਂਗੇ ਅਤੇ ਹੁਣ ਵਾਰੀ ਆ ਗਈ ਭਾਈ ਆਪਣੀ ਪਿਆਰੀ ਦਲਾਰੀ ਪੈਂਡੀ ਦੀ ਜਿਹੜੀ ਆਪਾਂ ਨੂੰ ਕੱਖਾਂ ਦੀ ਰੋਕਥਾਮ ਤੋਂ ਬਚਾਉਂਦੀ ਆ ਅਤੇ ਆਹ ਇਹਦੇ ਆ ਦਿੱਤਾ ਹੁੰਦਾ ਕਾਹਤੋਂ ਇਹ ਬਹੁਤੇ ਲੋਕਾਂ ਨੂੰ ਪਤਾ ਨਹੀਂ ਅਤੇ ਬਹੁਤਿਆਂ ਨੂੰ ਪਤਾ ਵੀ ਹੋਊਗਾ ਭਾਈ ਅਤੇ ਆਪਾਂ ਇਹ ਜਾਣਦੇ ਹਾਂ ਅੱਜ ਅਤੇ ਆਹ ਮੂੰਹ ਜਿਹਾ ਇਹਦੇ ਕਾਹਤੋਂ ਦਿੱਤਾ ਹੁੰਦਾ ਦਿੱਖਾ ਜਿਹਾ ਇਹ ਦਿੱਤਾ ਹੁੰਦਾ ਆਹ ਅੰਦਰਲੀ ਜਿਹੜੀ ਸੀਲ ਲੱਗੀ ਹੁੰਦੀ ਇਹਨੂੰ ਖੋਲ੍ਹਣ ਵਾਸਤੇ ਅਤੇ ਇਹਨੂੰ ਇਹਦੇ 'ਤੇ ਪੁੱਠਾ ਢੱਕਣ ਧਰਾਂਗੇ ਅਤੇ ਇਹਨੂੰ ਐਸ ਥੋੜ੍ਹੇ ਜਿਹੇ ਦਾਬ ਦੇ ਕੇ ਘੁਮਾ ਦਿਆਂਗੇ ਚੱਕੋ ਸਿਸਟਮ ਸੈੱਟ ਹੈਗਾ ਅਤੇ ਫਿਰ ਇਹ ਥੋੜ੍ਹੇ ਜਿਹੇ ਨਾਲ ਖੁੱਲ੍ਹ ਜਾਂਦਾ ਐਵੇਂ ਡੱਕੇ ਮਾਰਦੇ ਫਿਰਦੇ ਹਾਂ ਅਤੇ ਡੋਲਾ ਢਲਾਈ ਕਰਦੇ ਹਾਂ ਫਿਰ ਕੰਮ ਲੋਡ ਨਹੀਂ ਆਉਂਦਾ ਗਾ ਚੈੱਕ ਵੀ ਅਤੇ ਇਹ ਭਾਈ 2 ਕਿੱਲੇ ਆਪਾਂ ਬੀਜਿਆ ਅਚਾਰ ਵਾਸਤੇ ਜਵਾਰ ਅਤੇ 2 ਕਿੱਲੇ ਭਾਈ ਗੱਗੂ ਨੇ ਬੀਜਿਆ ਉੱਧਰ ਅਤੇ ਗੱਗੂ ਆਪਣੇ ਚਾਚੇ ਦਾ ਮੁੰਡਾ ਗਾ ਅਤੇ 4 ਕਿੱਲੇ ਅਸੀਂ ਬੀਜੀ ਆ ਟੋਟਲ ਇਹ ਅਤੇ ਸੂਰੀ ਸਾਹਿਬ ਸ਼ਾਮ ਦੀ ਸਤਿ ਸ਼੍ਰੀ ਅਕਾਲ। 2 ਕਿੱਲੇ ਲੰਬਾਈ ਆ ਅਤੇ ਨਜ਼ਾਰਾ ਆਈ ਜਾਊਗਾ ਅਤੇ ਨਜ਼ਾਰਾ ਜਾਈ ਜਾਊਗਾ ਜਾਂਦੇ ਵੇਲੇ ਗੱਗੂ ਨੂੰ ਨਜ਼ਾਰਾ ਆਊਗਾ ਅਤੇ ਇੱਧਰੋਂ ਪੈਪ ਖਿੱਚਣ ਵੇਲੇ ਦਾਸ ਨੂੰ ਆਪ ਨੂੰ ਨਜ਼ਾਰਾ ਆਊਗਾ। ਕਿਉਂ ਗੱਗੂ ਸੁੱਕੇ ਥਾਂ 'ਚ ਰੱਖੀ ਪੈਪ ਚੰਗਾ ਜ਼ੋਰ ਘੱਟ ਲੱਗੂਗਾ ਫਿਰ ਸੱਜਣਾ ਤੰਗ ਤਾਂ ਨਹੀਂ ਹੋਏ ਵਾਲਾ ਸਹੀ ਆ ਠੀਕ ਹੈ।
ਨਾ 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 ਨਜ਼ਾਰਾ ਆਇਆ ਨਜ਼ਾਰਾ ਗਿਆ ਤੇ ਨਵਾਂ ਢੋਲ ਭਰਨ ਦੀ ਤਿਆਰੀ ਆ ਤੇ 2 ਕਿੱਲੇ ਖੜ ਜਾ ਓਏ ਸਮਾਂ ਹੋਇਆ 6:25 ਦਾ ਤੇ ਠੰਡੇ ਠੰਡੇ ਕਰਤਾ ਛਿੜਕਾ ਭਾਈ ਪੈਂਡੀ ਦਾ ਕੱਖਾਂ ਦੀ ਰੋਕਥਾਮ ਤੋਂ ਤੇ ਕਈ ਵੀਰ ਕਹਿੰਦੇ ਬਈ ਮੱਕੀ ਤਾਂ ਹੁੰਦੀ ਆ ਆਚਾਰ ਵਾਸਤੇ ਤੁਸੀਂ ਜਵਾਰ ਕਿਵੇਂ ਵੀਰ ਇਹ ਜਵਾਰ ਹੈਗੀ ਆ ਆਚਾਰ ਵਾਸਤੇ ਆਉਂਦੀ ਆ ਸਪੈਸ਼ਲ ਇਹਦਾ ਨਾਂ ਅਡਵਾਂਟਾ ਦੀ ਬਰਕਾਈ ਸਰਗੋ ਤੇ ਮੋਟਾ ਟਾਂਡਾ ਮੋਟੀ ਦੁੰਬੀ ਹੁੰਦੀ ਆ ਵਧੀਆ ਦਾਣੇ ਹੁੰਦੇ ਹੈਗੇ ਤੇ ਵਧੀਆ ਗੱਲਬਾਤ ਹੈ ਇਹਦੀ ਤੇ ਇਹਦੇ ਖਰਚਾ ਇੱਕ ਵਾਰੀ ਫਿਰ ਦੱਸ ਦਿੰਦਾ ਹੁਣ ਤੱਕ ਸਾਨੂੰ ਇਹ ਪੈ ਗਿਆ ਭਾਈ 8,400 ਰੁਪਇਆ ਇੱਕ ਕਿੱਲੇ ਦਾ 1,000 ਰੁਪਇਆ ਤਾਂ ਬਾਣ ਤਿਆਰ ਕਰੀ ਦਾ ਲਾ ਲਓ 10 ਲੀਟਰ ਤੇਲ ਮੋਟਾ ਆ 10 ਲੀਟਰ ਮੱਚਦਾ ਨਹੀਂ ਆ ਚੱਲ ਵੱਧ ਤੋਂ ਵੱਧ ਖੁੱਲ੍ਹਾ ਮਚਾਇਆ ਕਿਸੇ ਨੇ ਤੇ 2,000 ਰੁਪਇਆ ਡੀ ਏ ਪੀ ਡੇਢ ਗੱਟਾ ਕਿੱਲੇ ਦੀ ਅਤੇ 3,000 ਰੁਪਏ ਦਾ ਬੀ ਇੱਕ ਥੈਲੀ ਹੁੰਦੀ ਆ 3 ਕਿਲੋ ਪੈਂਦਾ ਇਹ ਕਿੱਲੇ ਦਾ ਅਤੇ 1,600 ਰੁਪਇਆ ਸਾਡੇ ਇੱਧਰ ਚੱਲ ਰਹੀ ਆ ਭਾਈ ਇਹਦੀ ਬਿਜਾਈ ਆਟੋਮੈਟਿਕ ਪਲਾਂਟਰ ਨਾਲ ਬੀਜਿਆ ਇਹ ਅਤੇ ਬਾਕੀ ਹੁਣ ਪੈਂਡੀ ਛਿੜਕੀ ਆ ਇਹ ਅਤੇ ਇਹਦਾ ਲਾ ਲਓ 800 ਰੁਪਇਆ 400 ਰੁਪਏ ਦਾ ਲੀਟਰ ਆ ਜਾਂਦਾ ਬਸ ਉਹ ਕੋਈ ਲੱਗਦੀ ਲਾਉਂਦਾ ਕੋਈ 410 ਕੋਈ 400 ਤੋਂ ਘੱਟ ਵੀ ਲਾ ਲੈਂਦੇ ਹੋਣਗੇ ਬਸ ਇਹੋ ਜਿਹੀ ਗੱਲਬਾਤ ਆ 8,400 ਰੁਪਏ 'ਚ ਪੈ ਗਈ ਅਗਲਾ ਖਰਚਾ ਤੁਹਾਨੂੰ ਪਤਾ ਜਿਹੜਾ ਹਜੇ ਹੋਊਗਾ ਹੁਣ ਤੱਕ ਦਾ 8,400 ਰੁਪਇਆ ਕਿੱਲਾ ਪੈ ਗਿਆ ਅਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਅਤੇ ਮੇਰਾ ਛੋਟਾ ਭਾਈ ਮਨਪ੍ਰੀਤ ਅਤੇ ਕਹਿੰਦਾ ਘੱਟ ਬੋਲਦਾ ਗਾ ਅਤੇ ਇਹੀ ਗੱਲਬਾਤ ਹੁੰਦੀ ਆ ਬਈ ਕੈਮਰੇ ਤੋਂ ਕਿਹੜਾ ਕਿਹੜਾ ਹਰੇਕ ਸੰਗ ਦਾ ਅਤੇ ਇੱਕ ਵਾਰੀ ਜਦੋਂ ਬੋਲਣ ਲੱਗ ਗਿਆ ਉਦੋਂ ਵਧੀਆ ਬੋਲ ਪਿਆ ਕਰੂਗਾ ਠੀਕ ਹੈ ਅਤੇ ਅੱਜ ਲਾਈਕ ਸ਼ੇਅਰ ਵਾਲਾ ਕੰਮ ਤੂੰ ਕਰਦੇ ਫਿਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਕਿਵੇਂ ਲੱਗੀ ਅਤੇ ਬਾਕੀ ਦੇਸੀ ਭਾਸ਼ਾ 'ਚ ਸਿੰਪਲ ਆਪਣੇ ਪਿੰਡਾਂ ਵਾਲੇ ਭਾਈ ਬਲੌਗ ਹੁੰਦੇ ਹੈਗੇ ਸਪੋਰਟ ਕਰਿਓ ਸਾਰੇ ਵੀਰ ਬਣ ਕੇ ਅਤੇ ਇੱਕ ਪਰਮਾਤਮਾ ਦੀ ਕਿਰਪਾ ਨਾਲ ਅੱਜ ਫਿਰ ਆਪਣਾ ਦਿਨ ਭਾਈ ਸੋਹਣਾ ਰਿਹਾ ਅਤੇ ਅੱਜ ਦਾ ਕੰਮ ਕਾਰ ਆਪਣਾ ਨਿਪਟਾ ਲਿਆ ਫਿਲਹਾਲ ਜਾ ਕੇ ਨਹਾਉਣੇ ਧੋਣੇ ਆ ਅਤੇ ਸੂਰਜ ਸਾਹਿਬ ਉਰੇ ਛਿਪ ਗਏ ਅਤੇ 6:30 ਤੋਂ ਸਮਾਂ ਟੱਪ ਚੱਲਿਆ ਅਤੇ ਸਮਾਪਤੀ ਅੱਜ ਦੇ ਬਲੌਗ ਦੀ ਇੱਥੇ ਅਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਵਧੀਆ ਲੱਗਿਆ ਹੋਏ ਲਾਈਕ ਜ਼ਰੂਰ ਕਰਿਓ ਨਵੇਂ ਆਏ ਹੋ ਚੈਨਲ 'ਤੇ ਸਬਸਕ੍ਰਾਈਬ ਕਰਿਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਤੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਲਾਜ਼ਮੀ ਕਰਦੇ ਕਰੋ ਇਸੇ ਤਰ੍ਹਾਂ ਆਪਾਂ ਦੇਸੀ ਪ੍ਰਦੇਸੀ ਬਲੌਗ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਮਾਪਤੀ ਹੈ ਫਿਰ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ